ਇੱਧਰ ਕਰਕੇ, ਇੱਧਰ ਬੁਗਦੀ, ਇੱਧਰ ਜੁੜੀ ਵਿਖਾਓ, ਜੁੜੀ ਕਿੱਥੇ ਆ? ਹਾਏ 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 ਹਾਏ, ਭੱਜ ਗਿਆ ਸਮਾਨ, ਟਿਸ਼ੂ ਪੇਪਰ ਲੈ ਕੇ ਸਾਰੇ ਭੱਜ ਗਿਆ। ਜੁੜੀ ਜੁੜੀ ਕਿਤੇ, ਜੁੜੀ 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 ਕਿਤੇ, ਜੁੜੀ ਜੁੜੀ ਬਹੁਤ ਸ਼ੈਤਾਨੀ ਕਰਦਾ ਆ। ਹਾਏ 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 ਹਾਏ, ਬੂਹ ਕਰਕੇ ਆਓ, ਬੂਣ ਮਾਰ ਕੇ ਆਓ, ਜਾਓ ਬੂਣ ਕਿੱਥੇ ਮਾਰਨਾ, ਜਾਓ। ਹਾਏ ਹਾਏ, ਬੂਣ ਮਾਰਨ ਚੱਲਿਆ ਆ। ਹਾਏ ਹਾਏ, ਬਲੂਨ ਮਾਰ ਦਿਓ, ਇਹਨੂੰ ਮਾਰੋ, ਇਹਨੂੰ ਇਹਨੂੰ। ਆਏ ਸਾਹਿਬ ਦੀ ਜੁੜੀ ਕਿੱਥੇ ਆ? ਜੁੜੀ ਸਾਹਿਬ ਦੀ, ਆਏ ਆਏ, ਹਾਂਜੀ ਜੁੜੀ ਵੇਖੋ ਇੱਧਰ ਨਿੱਕੀ ਜੀ, ਆਏ ਆਏ। ਚਲੋ ਇਹ ਮੰਮਾ ਨੂੰ ਦੇ ਦਿਓ, ਹੁਣ ਮੰਮਾ ਪਾ ਲੈਣ ਨਾ, ਠੰਡ ਵਾ ਬਹੁਤ। ਹਾਏ 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 ਹਾਏ, ਠੰਡੀ ਹਾਏ ਠੰਡੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਦੱਸੋ ਜੀ ਕਿੱਦਾਂ ਹੋ ਸਾਰੇ ਜਣੇ? ਠੀਕ ਠਾਕ ਵਧੀਆ, ਅਤੇ ਆਪਾਂ ਵੀ ਵਧੀਆ ਠੀਕ ਠਾਕ। ਅਤੇ ਅੱਜ ਅੱਜ ਸਾਹਿਬ ਦੀ ਜੁੜੀ ਵਿਖਾਈਏ ਤੁਹਾਨੂੰ ਸਾਰਿਆਂ ਨੂੰ। ਸਾਹਿਬ ਦੀ ਜੁੜੀ ਕਿੱਥੇ ਆ? ਸਾਹਿਬ ਦੀ ਜੁੜੀ ਕਿੱਥੇ ਆ? ਆਈ ਸਾਹਿਬ ਦੀ ਜੁੜੀ ਕਿੰਨੀ ਕਿਊਟ ਆ, ਕਿੱਥੇ ਜਾਣਾ? ਜਾ ਵੀ ਕਿਹਾ, ਉਹ ਗੱਡੀ ਕੱਢ ਕੇ ਲਿਆਓ ਆਪਣੀ, ਸਾਰਿਆਂ ਨੂੰ ਗੱਡੀ ਵਿਖਾਓ, ਸਾਹਿਬ ਦੀ ਗੱਡੀ ਕਿੱਥੇ ਆ? ਹਾਂ ਇਹ ਨਾ ਕੱਲ੍ਹ ਪਰਸੋਂ ਦੀ ਨਾ ਛੋਟੀ ਛੋਟੀ, ਅੱਜ ਵੀ ਕੁਛ ਪਤਾ ਨਹੀਂ ਕੀ ਗੱਲ ਕਰਦਾ ਕਰਦਾ ਨਾ ਇਹਦੇ ਮੂੰਹ ਦੇ ਵਿੱਚੋਂ ਨਿਕਲ ਗਿਆ ਐਪਲ, ਅਤੇ ਬੜਾ ਸੋਹਣਾ ਉਹਨੂੰ ਕਰੀ, ਨਹੀਂ ਐਪਲ ਨਹੀਂ ਸੱਚ ਸੋਰੀ, ਬੋਲ ਬੀ ਬੋਲ। ਓਏ ਗੁੱਸਾ ਕਿੱਦਾਂ ਕਰਦਾ, ਗੁੱਸਾ ਕਿੱਦਾਂ ਕਰਦਾ? ਕਾ ਕਿੱਥੇ ਆ? ਉਹ ਫੋਨ ਪਿਆ, ਉਹ ਪਿਆ ਫੋਨ, ਉਹ ਟੇਬਲ 'ਤੇ ਪਿਆ, ਉਹ ਕੋ ਟੇਬਲ 'ਤੇ। ਕਦੀ ਕੁਛ ਚਾਹੀਦਾ, ਕਦੀ ਕੁਛ, ਕਦੀ ਟੀ ਵੀ 'ਤੇ ਫਿਰ ਲਾ ਦਿਓ, ਕਦੀ ਕਿਤੇ ਲਾ ਦਿਓ, ਹੁਣ ਉਹ ਪਹੁੰਚ ਗਿਆ। ਹਾਏ ਅੱਜ ਸਾਡੇ ਇੰਨੀ ਜ਼ਿਆਦਾ ਠੰਡ ਸੀ ਨਾ, ਹੁਣ ਹਵਾ ਸਾਡੇ ਘਟੀ ਆ, ਸਵੇਰੇ ਇੰਨੀ ਠੰਡੀ ਹਵਾ ਸੀ ਨਾ, ਤੁਸੀਂ ਮੰਨਣਾ ਵੀ ਮੈਂ ਜਿਹੜੀ ਸੋਫੇ 'ਤੇ ਚਾਦਰ ਰੱਖੀ ਹੁੰਦੀ ਨਾ ਉੱਤੇ ਲੈਣ ਨੂੰ, ਇਹਨੂੰ ਨਾ ਫੋਲਡ ਕਰਕੇ ਅਤੇ ਗੁਰਸ਼ਾ ਸਾਹਿਬ ਦੇ ਉੱਤੇ ਦੇ ਕੇ ਘੱਲਿਆ ਸੀ, ਲੈ ਕੇ ਗਈ ਸੀ, ਕਿਉਂਕਿ ਇੰਨੀ ਜ਼ਿਆਦਾ ਠੰਡੀ ਹਵਾ, ਓਹ ਬਹੁਤ ਜ਼ਿਆਦਾ ਔਖਾ ਕੰਮ ਹੋਇਆ। ਕੀ ਹੋ ਗਿਆ, ਕੀ ਹੋਇਆ, ਕੀ ਹੋਇਆ? ਚੱਲ ਲਿਆ ਲਾਦਾ, ਆ ਜਾ ਆ ਜਾਓ, ਕਾਰਟੂਨ ਲਾਈਏ, ਆ ਜਾਓ। ਸਾਹਿਬ ਦੀ ਜੁੜੀ ਕਿੰਨੀ ਕਿਊਟ ਆ, ਆ ਕਿਤੇ ਜੁੜੀ? ਆਪਾਂ ਹੁਣ ਸਾਹਿਬ ਦੀ ਜੁੜੀ ਕਰਨੀ ਸ਼ੁਰੂ ਕਰਤੀ ਆ। ਹੁਣ ਨਾ ਇਹਦੇ ਨਾ ਮੇਰੇ ਕੋਲ ਨਾ ਸਾਹਿਬ ਗੁਰਸ਼ਾਨ ਦੀਆਂ ਨਾ ਬਹੁਤ ਜ਼ਿਆਦਾ ਪਟਕੀਆਂ ਸੀ, ਅਤੇ ਪਰ ਮੈਨੂੰ ਚੇਤਾ ਨਹੀਂ ਆਉਂਦਾ ਕਿ ਮੈਂ ਉਹ ਰੱਖੀਆਂ ਕਿੱਥੇ ਆ, ਕਿ ਜਾਂ ਮੈਂ ਸੂਟ ਦੀਆਂ ਜਾਂ ਕੀ ਸਭ ਦਾ, ਮੈਨੂੰ ਕੁਛ ਚੇਤਾ ਨਹੀਂ। ਹੋ ਕੀ ਹੋਇਆ, ਕਿੱਥੇ ਆ, ਕੀ ਹੋਇਆ? ਹਾਏ ਹੱਥ ਕਿੰਨੇ ਠੰਡੇ ਹੋਏ, ਹੱਥ ਸੇਕੋ ਇੱਦਾਂ ਕਰੋ। ਹਾਏ ਹਾਏ, ਅੱਜ ਅਸੀਂ ਰਾਤ ਨੂੰ ਬਣਾਉਣੇ ਆ ਵੜਾ ਪਾਓ। ਇਹਨਾਂ ਉੱਦਾਂ ਘਰ ਸਕੂਲੇ ਵੀ ਜਾ ਕੇ ਬਹੁਤ ਘੁੰਮਦਾ ਫਿਰਦਾ, ਅੱਜ ਘੁੰਮਿਆ ਤਾਂ ਬਹੁਤ ਸਕੂਲੇ ਵੀ, ਪਰ ਜਦੋਂ ਵਾਪਸ ਆਉਣਾ ਸੀ ਤਾਂ ਆਣ ਕੇ ਅੱਧ ਜੇ ਆਣ ਕੇ ਉੱਤਰ ਜਾਂਦਾ ਹੁੰਦਾ ਕਿ ਮੈਨੂੰ ਬਸ ਤਾਰ ਦਿਓ, ਹੁਣ ਮੈਂ ਤੁਰ ਕੇ ਜਾਣਾ। ਅਤੇ ਅੱਜ ਤਾਂ ਦੱਸੋ ਜੀ ਉਹਨੂੰ ਜੋ ਉਹਦੇ ਵਿੱਚੋਂ ਨਿਕਲੇ ਨਹੀਂ ਬਾਹਰ, ਕਹਿੰਦਾ ਕਿ ਬਸ ਮੇਰੇ ਉੱਤੇ ਚਾਦਰ ਦੇ ਕੇ ਰੱਖੋ, ਮੈਨੂੰ ਠੰਡ ਬਹੁਤ ਲੱਗਦੀ ਹੈ, ਇੰਨਾ ਜ਼ਿਆਦਾ ਜੋ ਹੀ, ਅਤੇ ਮੂੰਹ ਇੰਨਾ ਉਹਦਾ, ਕੱਲ੍ਹ ਵੀ ਨਾ ਬਹੁਤ ਜ਼ਿਆਦਾ ਇਹਦਾ ਨਾ ਜਾਂ ਸਕਿਨ ਬਹੁਤ ਜ਼ਿਆਦਾ ਸੈਂਸਿਟਿਵ ਹੋਣ ਕਰਕੇ ਨਾ ਸਾਰੇ ਇੱਥੇ ਬੁੱਲਾਂ ਤੋਂ ਲਓ, ਗੱਲਾਂ ਤੋਂ ਸਿਮ ਥੋੜ੍ਹਾ ਥੋੜ੍ਹਾ ਲਓ, ਸਿਮ ਗਿਆ ਸੀ ਇੰਨੀ ਜ਼ਿਆਦਾ। ਹਾਏ ਚਲਾ ਦਿਓ, ਠੰਡੀ ਲੱਗਦੀ ਆ, ਚਲਾ ਦਿਓ, ਬਲੋਰ ਜਿਹਾ ਬੰਦ ਕਰ ਦਿੰਦਾ, ਜਦੋਂ ਬੰਦ ਹੋ ਜਾਂਦਾ ਨਾ ਉਹ ਸਾਰਾ ਹੀ ਸਰੀਰ ਇੱਕ ਵਾਰੀ ਠਰ ਜਾਂਦਾ। ਪਹਿਲਾਂ ਤਾਂ ਦੂਜੇ ਏ ਸੀ ਚਲਾਈ ਸੀ, ਉਹਨਾਂ ਕਰਕੇ ਥੋੜ੍ਹੀ ਗਰਮੈਸ਼ ਹੋ ਗਈ, ਫਿਰ ਆਟੋਮੈਟਿਕ ਦੂਜੇ ਅਸਤੂਫੇ ਵੀ ਚੱਲ ਗਏ। ਇੱਕ ਪਹਿਲਾਂ ਤਾਂ ਮੈਸੇਜ ਆਇਆ ਵੀ ਤੁਹਾਡੇ ਘਰ ਅਸਤੂਫੇ ਨਹੀਂ ਹੈਗੇ, ਅਸਤੂਫੇ ਤਾਂ ਹੈਗੇ ਪਰ ਇੰਨੇ ਜ਼ਿਆਦਾ ਫਿਰ ਚੱਲ ਨਹੀਂ ਨਾ ਹੁੰਦੇ, ਚੱਕਰੇ ਪੈ ਜਾਂਦਾ,
ਵੀ ਨਿਆਣਿਆਂ ਨੂੰ ਵੀ ਸਕੂਲ ਤੋਂ ਲੈਣ ਜਾਣਾ ਹੁੰਦਾ ਵਾ, ਫਿਰ ਇੰਨੇ ਯਕਦਮ ਇੰਨੀ ਨਿੱਘ ਦੇ ਵਿੱਚ ਬਾਹਰ ਜਾਣਾ ਬਹੁਤ ਔਖਾ ਹੋ ਜਾਂਦਾ। ਇਸ ਕਰਕੇ ਆਪਾਂ ਜਦੋਂ ਉਹਨੂੰ ਗੁਰਸ਼ਾਨ ਲੈਣ ਜਾਣਾ ਹੁੰਦਾ ਨਾ, ਫਿਰ ਉੱਥੋਂ 2 ਕੁ ਘੰਟੇ ਪਹਿਲਾਂ ਜਾਣਾ ਨਾ, ਸਾਰੇ ਹੀਟ ਵਗੈਰਾ ਬੰਦ ਕਰ ਦੀ ਦੀ ਆ, ਕਿਉਂਕਿ ਫਿਰ ਸ਼ਾਮ ਨੂੰ ਫਿਰ ਲਗਾਤਾਰ ਉਨੇ ਹੀ ਚੱਲ ਜਾਂਦੇ ਹੁੰਦੇ, ਫਿਰ ਰਾਤ ਨੂੰ ਕੋਈ ਸ਼ਾਮ ਨੂੰ ਫਿਰ 6-7 ਵਜੇ ਨਾਲ ਚਲਾਈ ਦੇ, ਫਿਰ 10-11 ਵੱਜ ਜਾਂਦੇ ਆ, ਕਿਉਂਕਿ ਠੰਡ ਬਹੁਤ ਹੋ ਗਈ ਆ। ਅਤੇ ਜਦੋਂ ਬਾਹਰ ਬਾਹਰ ਜਾਣਾ ਹੁੰਦਾ ਨਾ, ਫਿਰ ਔਖਾ ਹੋ ਜਾਂਦਾ ਥੋੜ੍ਹਾ ਵੀ ਹੀਟ ਦੇ ਵਿੱਚੋਂ ਨਿਕਲਣਾ, ਅਤੇ ਤਾਂ ਕਰਕੇ ਫਿਰ ਥੋੜ੍ਹੀ ਇੱਦਾਂ ਹੀਟ ਘੱਟ ਕਰੀ ਦੀ ਆ। ਅਤੇ ਉੱਦਾਂ ਤਾਂ ਕੋਈ ਪ੍ਰੋਬਲਮ ਨਹੀਂ ਆ, ਹੁਣ ਦਿਨੇ ਤਾਂ ਬਲੋਰ ਵੀ ਚੱਲੀ ਜਾਣੇ ਆ, ਦੂਜੇ ਹੀਟ ਵੀ ਚੱਲਣ ਡੀ ਆ, ਹੁਣ ਤਾਂ ਪੂਰਾ ਨਿੱਘ ਹੋਇਆ ਪਿਆ ਵਾ। ਪਰ ਸ਼ਾਮ ਨੂੰ ਜਦੋਂ ਲੈਣ ਜਾਣਾ ਹੁੰਦਾ, ਉਦੋਂ 2 ਘੰਟੇ ਹੀਟ ਬੰਦ ਕਰਨੀ ਪੈ ਜਾਂਦੀ ਆ, ਕਿਉਂਕਿ ਨਹੀਂ ਤਾਂ ਫਿਰ ਬਾਹਰ ਜਾਣਾ ਜ਼ਿਆਦਾ ਔਖਾ ਲੱਗਦਾ ਵਾ। ਕੱਪੜੇ ਵੀ ਇੰਨੇ ਮੋਟੇ ਪਾਏ ਸੀ, ਅਤੇ ਅੱਜ ਗੁਰਸ਼ਾਨ ਸਿਰੇ ਉੱਪਰ ਅਤੇ ਵੱਡੀਆਂ ਜੈਕਟਾਂ ਜੁਕਟਾਂ ਪਾਈਆਂ, ਤਾਂ ਕੋਈ ਫੀਲ ਨਹੀਂ ਹੁੰਦਾ ਸੀ। ਪਜਾਮੇ ਅਤੇ ਗਰਮੀ ਪਾਏ ਸੀ, ਪਰ ਫਿਰ ਵੀ ਕਹਿੰਦੇ ਮੰਮਾ ਅੱਜ ਹਵਾ ਲੱਗਦੀ ਬਹੁਤ ਜ਼ਿਆਦਾ, ਮਤਲਬ ਕਿ ਮੇਰੀਆਂ ਲੱਤਾਂ ਨੂੰ ਠੰਡ ਲੱਗਦੀ। ਮੈਂ ਪੁੱਤ ਜੇ ਜ਼ਿਆਦਾ ਡਬਲ ਡਬਲ ਪਾ ਦਿਓ, ਫਿਰ ਸਕੂਲ 'ਚ ਜਾ ਕੇ ਔਖਾ ਹੋ ਜਾਂਦਾ, ਕਿਉਂਕਿ ਸਕੂਲੇ ਹੀਟ ਬਹੁਤ ਵਾ ਅੰਦਰਾਂ 'ਚ, ਅਤੇ ਫਿਰ ਦੋਨੋਂ ਦੋਨੇ ਕੱਪੜੇ ਲੈਣੇ ਨੂੰ ਪਸੀਨਾ ਆ ਜਾਂਦਾ। ਘਰ ਦਾ ਕੰਮ ਕੁੰਮ ਕਰਕੇ ਆਪਾਂ ਫ੍ਰੀ ਹੋ ਗਏ ਸੀ, ਅਤੇ 12:45 ਸਾਡੇ ਹੋ ਗਏ, ਅਤੇ ਅੱਜ ਅਸੀਂ ਵਲੋਗ ਵੀ ਸਾਡਾ ਲੇਟ ਹੋ ਗਿਆ। ਅੱਜ ਮੇਰਾ ਕੁਛ ਮਨ ਜਿਹਾ ਨਹੀਂ ਕਰਨ ਡਿਆ, ਕਿਉਂਕਿ ਠੰਡ ਬਹੁਤ ਹੀ, ਬਾਹਰੋਂ ਜਦੋਂ ਆਏ ਨਾ ਠੰਡ 'ਚੋਂ ਆਏ ਸੀ, ਅਤੇ ਹਿੱਲਣ ਨੂੰ ਦਿਲ ਨਹੀਂ ਕਰਨ ਡਿਆ, ਅਤੇ ਹੁਣ ਸਾਹਿਬ ਵੇਖ ਕੇ ਤੁਹਾਨੂੰ ਕੀ ਕਰਦਾ। ਇਹ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਜ਼ਰੂਰ ਵੀ ਸਾਹਿਬ ਕਿੱਦਾਂ ਦਾ ਲੱਗਦਾ ਜੂੜੀ ਦੇ ਵਿੱਚ। ਸਾਹਿਬ ਇੱਧਰ ਵੇਖੋ, ਮੰਮਾ ਵੱਲ ਆਹ ਵੇਖੋ ਕੀ ਆ, ਆਏ ਇੱਧਰ ਇੱਧਰ, ਸੇਮ ਗੁਰਸ਼ਾਨ ਇੱਦਾਂ ਦਾ ਹੀ, ਸੇਮ ਟੂ ਸੇਮ ਇੱਦਾਂ ਦਾ ਹੀ, ਕੋਈ ਫਰਕ ਨਹੀਂ ਇਹਦੇ 'ਚ, ਜੂੜੀ ਵਾਲੇ 'ਚ। ਆਏ ਆਹ ਵੇਖ, ਆਹ ਵੇਖ ਉੱਪਰ, ਆਏ ਇਹਦੇ ਨਾਲ ਕੱਲ੍ਹ ਸਾਰਾ ਇੱਥੇ ਦੇ ਨਿੱਘਾ ਨਿੱਘਾ ਗੱਲਾਂ 'ਚੋਂ ਨਾ ਨਿੱਘਾ ਥੋੜ੍ਹਾ ਥੋੜ੍ਹਾ ਬਲੱਡ ਜਿਹਾ ਸਿੰਮਦਾ, ਇਹਦੇ ਬੁੱਲਾਂ 'ਚੋਂ ਤਾਂ ਬਹੁਤ ਖੂਨ ਨਿਕਲਿਆ, ਠੰਡ ਦੇ ਕਰਕੇ ਡਰਾਈ ਹੋ ਗਿਆ। ਅੱਜ ਕ੍ਰੀਮ ਰੂਮ ਦਾ ਬਹੁਤ ਲਾਈ, ਪਰ ਫਿਰ ਵੀ ਠੰਡ ਜ਼ਿਆਦਾ ਸੀ। ਆਹ ਵੇਖੋ ਮੰਮਾ ਵੱਲ, ਇੱਧਰ ਇੱਧਰ ਆਹ ਵੇਖੋ, ਹੋਈ ਹੱਥ ਠੰਡੀ ਹੋ ਗਈ, ਹੋਈ ਹੱਥ ਠੰਡੀ ਹੋ ਗਈ, ਵੇ ਉਹਦੇ ਉੱਪਰ ਖਲੋਤਾ ਪੈ ਰੱਖ ਕੇ, ਇਹ ਕੀ ਆ, ਗਲਤ ਗੱਲ ਆ, ਗੁੱਸਾ ਕਿੱਦਾਂ ਕਰਦਾ ਹੈ, ਕੀ ਹੋਇਆ। ਅਤੇ ਅੱਜ ਨਾ ਸਵੇਰੇ ਡੈਡੀ ਜੀ ਨੂੰ ਨਾ ਆਪਣੀ ਜੂੜੀ ਵਿਖਾਲਣ ਡਿਆ ਫੋਨ ਕਰਕੇ, ਡੈਡੀ ਡੈਜੀ ਡੈਜੀ, ਬੜਾ ਸੋਹਣਾ ਉਹਨਾਂ ਨੂੰ ਹੱਥ ਲਾ ਲਿਆ ਜੂੜੀ ਨੂੰ ਵਿਖਾਲਣ ਡਿਆ ਸੀ। ਡੈਡੀ ਵੀ ਅੱਗੋਂ ਹੱਸਣੇ, ਕਹਿੰਦੇ ਮੇਰੀ ਵੀ ਹੈਗੀ, ਤਾਂ ਅੱਗੇ ਹੋਰ ਵਿਖਾਲਣੇ ਗਏ, ਆਖੋ ਜੂੜੀ ਮੇਰੀ ਵੀ ਹੈਗੀ ਆ, ਕਿੱਥੇ ਸਾਹਿਬ ਦੀ ਜੂੜੀ, ਜੂੜੀ ਕਿੱਥੇ ਸਾਹਿਬ ਦੀ, ਆਈ ਆਈ, ਕਿੰਨਾ ਕਿਊਟ ਲੱਗਦਾ ਵਾ ਨਿਗਾਹ ਜਿਹਾ, ਗੁਗੜੀ ਜਿਹੀ, ਗੁਗੜੀ ਜਿਹੀ, ਮੁੰਗੜੀ ਜਿਹੀ, ਹੈਂ ਕਿੱਥੇ ਆ, ਕਿੱਥੇ ਗੱਗੀ ਆ, ਇਹ ਗੱਡੀ ਆ, ਇਹ ਤਾਂ ਪੁੱਤ ਬਲੋਰ ਆ ਚੱਲਣ ਡਿਆ ਵਾ, ਉਹਦੇ ਲਾਗੇ ਤਾਂ ਕਰਕੇ ਖਲੋਤਾ, ਇਹਦੇ ਪੈਰ ਠਰ ਗਏ ਆ, ਸੌਕਸ ਤਾਂ ਮੈਂ ਬਹੁਤ ਮੋਟੀਆਂ ਪਾਈਆਂ, ਪਰ ਫਿਰ ਵੀ ਉਹਦੇ ਪੈਰ ਠਰੇ ਠਰੇ ਜਿਹੇ ਲੱਗਣ ਡੇ, ਅਤੇ ਉਹਦੇ ਲਾਗੇ ਤਾਂ ਖਲੋਤਾ, ਹੁਣ ਉਹਨੂੰ ਵਧੀਆ ਲੱਗਣ ਡਿਆ, ਜਦੋਂ ਗਰਮ ਗਰਮ ਲੱਗੂ ਫਿਰ ਪਛਾਣ ਹੁਣ ਭੱਜੂਗਾ, ਹੁਣ ਲੱਗਾ ਪਛਾਣ, ਹੁਣ ਪੈਰਾਂ ਨੂੰ ਗਰਮ ਲੱਗਣ ਡਿਆ, ਹੁਣ ਬੰਦ ਕਰਤਾ, ਕਿਉਂਕਿ ਪੈਂਟ ਬਹੁਤ ਮੋਟੀ ਪਾਈ ਆ ਅੰਦਰੋਂ, ਜਿਹੜੀ ਫਰ ਵਾਲੀ ਹੁੰਦੀ ਨਾ ਗਰਮ, ਉਹ ਵਾਲੀ ਪੈਂਟ ਪਾਈ ਆ, ਅਤੇ ਉੱਪਰ ਉਹਦੇ ਕੱਪੜੇ ਬਹੁਤ ਗਰਮ ਪਾਏ, ਕਿਉਂਕਿ ਠੰਡ ਕਰਕੇ, ਕਿਉਂਕਿ ਸਿਰੇ ਸਿਰੇ ਜਾਣਾ ਬਹੁਤ ਔਖਾ ਹੁੰਦਾ, ਦੁਪਹਿਰ ਦੇ ਟਾਈਮ ਤਾਂ ਫਿਰ ਵੀ ਚਲੋ ਬੰਦਾ ਜਾਗਦਾ ਤੁਰਿਆ ਫਿਰਦਾ, ਤਾਂ ਸਿਰੇ ਸਿਰੇ ਔਖਾ ਹੁੰਦਾ, ਰਜਾਈਆਂ 'ਚੋਂ ਨਿਕਲੋ, ਤਿਆਰ ਹੋਵੋ ਉਹਦੇ ਸੁੱਤਰ ਪੋ, ਚਲੋ ਹੁਣ 2 ਛੁੱਟੀਆਂ ਵਾ, ਹੁਣ ਲਈ ਐਡੀ ਟੈਨਸ਼ਨ ਹੈਗੀ, -1 -2 ਨੰਬਰ 'ਚ ਜਾਣ ਕਰਕੇ ਠੰਡ ਜ਼ਿਆਦਾ ਹੋ ਗਈ ਆ। ਗੰਮੋ ਜਾ ਵਾ ਪਰੇ, ਜਾ ਪਿੱਛੇ ਜਾ, ਗੱਗੀ ਹੋ ਜਾਣਾ ਹੈ ਫਿਰ ਪਿੱਛੇ ਜਾ, ਤਾਂ ਜਾ ਫਿਰ, ਮੈਂ ਨਹੀਂ ਵੇਖਣਾ ਫਿਰ, ਡਿੱਗ ਗਿਆ ਤੇ, ਗੁਰਸ਼ਾਨ ਭਾ ਗਿਆ ਵਾ, ਭਾ ਗਿਆ, ਪੰਗੇ ਜਾਣ ਜਾਣ ਕੇ ਲੈਂਦਾ, ਇੰਨੇ ਪੰਗੇ ਲੈਂਦਾ ਨਾ ਇਹ ਗਿਆ, ਡਿੱਗ ਲੱਗਾ ਸੀ ਨਾ ਕਿੱਥੇ,
ਆਹੋ ਡਿੱਗੀ ਆ ਜਦੋਂ ਗੈਗੀ ਆ ਸਕੂਲੇ, ਅੱਜ ਮੈਡਮਾਂ ਇੰਨੀਆਂ ਖੁਸ਼ ਹੁੰਦੀਆਂ ਇਹਨਾਂ ਇਹਨੂੰ ਵੇਖੇ, ਕਿਉਂਕਿ ਇਹਨੂੰ ਮੈਂ ਵੱਡਾ ਜਾਕਾ ਪਾ ਕੇ ਖੜਿਆ ਸੀ, ਉੱਤੇ ਟੋਪੀ ਪਾ ਕੇ ਉੱਤੇ ਜਾਕਾ ਪਾ ਕੇ ਫਿਰ ਇਹਨੂੰ ਖੜਿਆ, ਕਿਉਂਕਿ ਠੰਡ ਬਹੁਤ ਜ਼ਿਆਦਾ ਸੀ। ਗਲਵਸ ਵੀ ਪਾਈ ਅੱਜ ਤਾਂ ਰੋਂਦਾ ਹੀ, ਮੈਂ ਫਿਰ ਵੀ ਇਹਨੂੰ ਧੱਕੇ ਨਾ ਹੀ ਗਲਵ ਗੁਆਂਢੀਆਂ ਪਾ ਦਿੱਤੀਆਂ, ਮੈਂ ਨਹੀਂ ਪਾ ਕੇ ਜਾ ਭਰਾ। ਹੁਣ ਉਹ ਭੱਜ ਗਿਆ, ਚਾਓ ਅੱਜ ਨਾ ਮੇਰੇ ਤੋਂ ਬੰਦ ਨਹੀਂ ਹੁੰਦੀ ਆ, ਹੱਥ ਜਾ ਠਰ ਗਏ, ਫਿਰ ਮੈਨੂੰ ਇੱਧਰ ਰਹਿੰਦਾ, ਮੈਂ ਹੋਰ 2 ਘੰਟੇ ਫਿਰ ਜਾਣ ਕੀ ਫੋਲਡ ਕਰਕੇ ਰੱਖੂੰਗੀ, ਉਹਦੇ 'ਚ ਕੁਛ ਨਾ ਕੁਛ ਖਾਣ ਨੂੰ ਲੱਭੂਗਾ, ਕਿਉਂਕਿ ਉਹਦੇ 'ਚ ਮੈਂ ਕੁਛ ਨਾ ਕੁਛ ਖਾਣ ਲਈ ਰੱਖਿਆ ਹੁੰਦਾ ਵਾ, ਅਤੇ ਥੋੜ੍ਹੇ ਜਿਹੇ ਮਤਲਬ ਕਿ 1-2 ਐਰੋ 3 ਐਰੋ ਮਤਲਬ ਕਿ ਇੱਦਾਂ ਖੁੱਲ੍ਹੇ ਪੈਸੇ ਰੱਖੇ ਉਹਦੇ ਵਿੱਚ ਨਿਆਣੇ ਵਾਸਤੇ, ਵੀ ਕਦੇ ਨਿਆਣੇ ਨੂੰ ਕੋਈ ਚੀਜ਼ ਲੈ ਕੇ ਦੇਣੀ ਪੈ ਜਾਵੇ ਉੱਥੋਂ ਰਾਹ 'ਚ, ਤਾਂ ਫਿਰ ਹੁਣ ਉਹ ਫੁੱਲਾਂ ਡਿਆ ਵੇਖਿਓ, ਉਹਨਾਂ ਵਿੱਚ ਪੈਸੇ ਕੱਢ ਕੇ ਲਿਆਉਣੇ, ਮੈਂ ਉਹਦੇ ਵਿੱਚ 4-5 ਐਰੋ ਰੱਖੇ ਹੁੰਦੇ ਆ ਪੱਕੇ, 1-1 ਐਰੋ ਕਰਕੇ 50 ਸੈਂਟ 10 ਸੈਂਟ ਕਰ ਕਰਕੇ ਬਚ ਗਿਆ, ਨਹੀਂ ਆਏ ਹੱਥ ਨਹੀਂ ਦੇਣੇ। ਹੁਣ ਬਸ ਕੱਲ੍ਹ ਪਰਸੋਂ ਦਾ ਮੇਲਾ ਨਹੀਂ ਆਪਾਂ ਸਾਡੇ ਲੱਗਾ ਸੀ ਇੱਥੇ, ਉੱਥੋਂ ਇੰਨੇ ਬਲੂਨ ਇਹਨਾਂ ਨੇ ਲਿਆਂਦੇ ਨਾ, ਕਿਉਂਕਿ ਉੱਥੇ ਅੰਦਰ ਐਗਰੀਕਲਚਰ ਦਾ ਵੇਖਣ ਗਏ ਸੀ, ਅਤੇ ਉਹਨਾਂ ਨੇ ਆਪਣੀਆਂ ਮਤਲਬ ਕਿ ਐਡਾਂ ਵਾਸਤੇ ਉਹਨਾਂ ਨੇ ਬਲੂਨ ਹਰ ਤਰ੍ਹਾਂ ਦੇ ਵੱਖਰੇ ਵੱਖਰੇ ਲਾਏ ਸੀ, ਉੱਥੋਂ ਬਲੂਨ ਜਿੱਥੇ ਜਾਵੇ ਉੱਥੇ ਉਹ ਬਲੂਨ ਦੇ ਦੇਣ, ਜਿੱਥੇ ਜਾਵੇ 2-2-3-3 ਫੜ ਕੇ ਲਿਆਏ, ਘੱਟੋ ਘੱਟ 6-7 ਬਲੂਨ ਕਰ ਕੀਤੇ ਆ, ਕਿਉਂਕਿ ਗੁਰਸ਼ਾਨ ਗਿਆ ਸੀ ਸਕੂਲ ਵੱਲੋਂ, ਉਹ ਸਕੂਲੋਂ ਉਹਨਾਂ ਨੂੰ ਵੀ ਸਕੂਲ ਵੱਲੋਂ ਵੀ ਮਿਲ ਗਏ, ਇਹ ਵੀ ਮੁੜ ਕੇ ਫਿਰ ਅਗਲੇ ਦਿਨ ਆਪਾਂ ਫਿਰ ਮੈਂ ਇਹਨਾਂ ਨੂੰ ਲੈ ਕੇ ਗਈ, ਫਿਰ ਇਹਨਾਂ ਨੂੰ ਬਲੂਨ ਹੀ ਬਲੂਨ ਮਿਲ ਗਏ, ਬਲੂਨ ਹੀ ਬਲੂਨ ਘਰ ਕੀਤੇ ਖੇਡਣ ਵਾਸਤੇ, 1-2 ਦਿਨ ਬਾਅਦ 'ਚ ਫੜ ਜਾਣੇ ਆ, ਟੋਫਿਕ ਹੋਰ ਕੱਢਣ ਡਿਆ ਉਧਰੋਂ ਅੰਦਰ, ਅਜੇ 2-3 ਹੋਰ ਪਏ ਆ, 2-3 ਆਹ ਪਏ ਆ, ਮੈਂ ਵੀ ਕਿਹਾ ਮੈਂ ਪਾੜਨੇ ਨਹੀਂ ਆ, ਇੱਦਾਂ ਹੀ ਖੇਡ ਖੂਡ ਲੈਣਗੇ ਮੁੜ ਕੇ, ਜੋ ਇਹਨਾਂ ਨੇ ਫਿਰ ਕਹਿਣਾ ਵਾ ਵੀ ਹੋਰ ਨਵੇਂ ਕੱਢ ਕੱਢ ਕੇ ਬਣਾ ਦਊ ਵੀ, ਅਤੇ ਹੁਣ ਤਾਂ ਘਰ ਖਤਮ ਹੋਏ ਪਏ, ਇਸ ਕਰਕੇ ਮੈਂ ਵੈਸੇ ਪਾੜ ਦੇਣੀ ਹੁੰਦੀ ਆ ਬਲੂਨ, ਵੀ ਕੀ ਕਰਨ ਖਲਾਰਾ ਪਾਉਣਾ, ਕੀ ਹੋ ਗਿਆ ਵੇਖ ਆਪਣੀ ਜੁੜੀ, ਕੀ ਹੋਇਆ ਕੀ ਹੋ ਗਿਆ ਕੀ ਹੋਇਆ, ਬਲੂਨ ਜਾ ਲੈ ਕੇ ਆਓ, ਜੁੜੀ ਨੂੰ ਕੀ ਹੋਇਆ ਸੀ, ਜੁੜੀ ਨੂੰ ਕੀ ਹੋ ਗਿਆ ਸੀ, ਜੁੜੀ ਨੂੰ ਇੱਥੇ ਕੀ ਹੋਇਆ ਸੀ, ਜਾ ਲੈ ਕੇ ਆਓ ਬਲੂਨ ਵਿਖਾਓ, ਆਪਣਾ ਬਲੂਨ ਲੈ ਕੇ ਵਿਖਾਓ, ਜਾ ਲੈ ਕੇ ਆਓ, ਕਿੱਥੇ ਆ, ਕਿੱਥੇ ਬਾ ਬਾ ਆਵੇ ਆਪਣਾ ਮੂੰਹ ਤੇ ਤੇਰਾ, ਹਾਂ ਕਿੱਥੇ ਆ, ਹੋਏ ਬੂ ਆ ਗਿਆ, ਮੈਂ ਨਹੀਂ ਜਾਣਾ, ਬੂ ਹਾਈ ਮਾਰ ਦਿੰਦਾ ਆ, ਕਹਿੰਦਾ ਬੂ ਆ ਗਿਆ ਉੱਥੇ, ਹਾਈ ਕਿੱਥੇ ਆ, ਉਹਨੂੰ ਚਾਉ ਕਰ, ਬੂ ਨੂੰ ਚਾਉ ਚਾਉ ਕਰ, ਕਹਿੰਦੀ ਨਹੀਂ ਗੱਲ ਆ, ਉਹਨੂੰ ਚਾਉ ਕਰਨ ਗਿਆ, ਬਲੂ ਨੂੰ ਚਾਉ ਚਾਉ ਕਰ, ਚਾਉ ਚਾਉ, ਬਲੂਨ ਨੂੰ ਚਾਚਾ ਕਰਕੇ ਆਇਆ, ਨਿੱਕਾ ਜਿਹਾ ਕਾਕਾ ਮੇਰਾ, ਨਿੱਕਾ ਜਿਹਾ